ਸਿੱਧੂ ਮੂਸੇ ਵਾਲੇ ਦੀ ਮਾਂ ਨੇ ਸਾਡੀ ਵੱਡੀ ਭੈਣ ਆ ਉਹਨੇ ਪੰਜਾਬ ਦੇ ਲੋਕਾਂ ਨੂੰ ਦੁਨੀਆ ਭਰ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ ਇਹ ਬੇਨਤੀ ਕੀਤੀ ਹੈ ਕਿ ਮੇਰੇ ਪੁੱਤ ਦੀ ਯਾਦ ਦੇ ਵਿੱਚ ਰੁੱਖ ਲਾਏ ਜਾਣ ਸੋ ਅਸੀਂ ਵੀ ਮਤਲਬ ਜਲਦੀ ਆਪਣੇ ਮਹਿਕਮੇ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਲੱਖਾਂ ਰੁੱਖ ਜਿਹੜੇ ਆ ਉਹ ਲਾਉਣ ਜਾ ਰਹੇ ਹਾਂ ਕਿਉਂਕਿ ਰੁੱਖ ਹੀ ਸਾਡੇ ਪੁੱਤਾਂ ਵਰਗੇ ਆ ਸੋ ਮੈਂ ਮਤਲਬ ਬਹੁਤ ਇਮੋਸ਼ਨਲ ਹੋਇਆ ਉਸ ਦਿਨ ਜਿੱਦਾਂ ਨੂੰ ਉਹਦੀ ਮਾਤਾ ਨੇ ਕਿਹਾ ਉਹ ਰੁੱਖਾਂ ਦੇ ਵਿੱਚੋਂ ਆਪਣਾ ਪੁੱਤ ਦੇਖਣਾ ਚਾਹੁੰਦੀ ਹੈ ਅਤੇ ਰੁੱਖ ਵਾਕਿਆ ਹੀ ਪੁੱਤਾਂ ਵਰਗੇ ਹੁੰਦੇ ਸੋ ਸਭ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਿੱਦਾਂ ਮੂਸੇ ਵਾਲਾ ਜੀ ਦੀ ਮੰਮੀ ਨੇ ਸਭ ਨੂੰ ਬੇਨਤੀ ਕੀਤੀ ਹੈ ਕਿ ਰੁੱਖ ਲਾਓ ਸਾਡੀ ਵੀ ਬੇਨਤੀ ਹੈ ਸਾਰੇ ਪੰਜਾਬੀ ਰੁੱਖ ਲਾਉਣ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਪੰਜਾਬ ਦਾ ਥਰਲਾ ਠੰਡਲਾ ਹੋਇਆ ਪਾਣੀ ਜਿਹੜਾ ਉਹਨੂੰ ਬਚਾਉਣ ਸੋ ਮਾਨ ਸਾਹਿਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇਸ ਲਈ ਇਹਦੇ ਬਾਰੇ 'ਚ ਵੱਡੇ ਪ੍ਰੋਗਰਾਮ ਬਣਾ ਰਹੀ ਹੈ ਤਾਂ ਜੋ ਪੰਜਾਬ ਨੂੰ ਹਰਿਆ ਭਰਿਆ ਅਤੇ ਸ਼ੁੱਧ ਵਾਤਾਵਰਨ ਜਿਹੜਾ ਪੰਜਾਬ ਦੇ ਵਿੱਚ ਉਹ ਕਰ